ਕਿੰਨੇ ਕੁ ਕਿੱਲਿਆਂ ਦੇ ਵਿੱਚ ਤੁਸੀਂ ਖੇਤੀ ਕਰਦੇ ਤਕਰੀਬਨ 30 ਕਿੱਲਿਆਂ ਦੀ ਖੇਤੀ ਕਰਦੇ ਤੇ ਕੁਝ 15 ਕਿੱਲੇ ਠੇਕੇ ਤੇ ਨੇ ਜੀ ਆਪਣੇ ਗੱਲ ਕਰੀਏ ਇੱਕ ਸਰਕਾਰੀ ਰੇਟ ਵੀ ਤੈਅ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਵੀ ਆਹ ਰੇਟ ਮਿਲੂਗੀ ਸਬਸਿਡੀ ਵਗੈਰਾ ਵੀ ਆਉਂਦੀ ਹੈ ਉਸਨੂੰ ਕਿੱਦਾਂ ਦੇਖਦੇ ਹੋ ਕਿ ਉਹ ਮਿਲ ਰਹੀ ਹੈ ਜਾਂ ਨਹੀਂ ਉਹ ਰੇਟ ਸਬਸਿਡੀ ਆਪਣੀ ਜਿਹੜੀ ਆਪਣੀ ਭਾਰਤ ਸਰਕਾਰ ਦੁਆਰਾ ਉਹ ਤਾਂ ਮਿਲ ਰਹੀ ਹੈ ਜੀ ਠੇਲੇ ਦੇ ਉੱਤੇ ਉੱਦਾਂ 1350 ਫਿਕਸ ਆ ਜੀ ਰੇਟ ਇਹਦਾ ਡੀ ਏ ਪੀ ਦਾ ਪਰ ਉਸ ਤੋਂ ਵੱਧ ਵੇਚ ਰਹੇ ਆ ਜੀ ਚਾਹੇ ਗੱਲ ਕਣਕ ਦੇ ਸੀਜ਼ਨ ਦੀ ਹੋਵੇ ਜਾਂ ਝੋਨੇ ਦੇ ਸੀਜ਼ਨ ਦੀ ਕਿ ਇਸ ਵਾਰ ਗੱਲ ਝੋਨੇ ਦੀ ਕਰ ਲਈਏ ਕਿੰਨਾ ਕੁ ਝਾੜ ਨਿਕਲਿਆ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਮੀਂਹ ਝੜ ਕਾਫੀ ਪਏ ਨੇ ਕਿੱਦਾਂ ਰਿਹਾ ਝਾੜ ਤਾਂ ਵੀ ਜਿਹੜੇ ਪੀ ਆਰ ਦੇ ਬੀਜ ਸੀਗੇ ਉਹ ਤੋਂ ਤਾਂ ਬਹੁਤ ਨੁਕਸਾਨ ਹੋਇਆ ਵੀਰੇ ਕੁਝ ਇੱਦਾਂ ਦੇ ਕਿਸਾਨ ਆ ਜਿਨ੍ਹਾਂ ਦੇ 50 ਬੋਰੀਆਂ ਹੋਈਆਂ ਵੀਰੇ 4-4 ਕਿੱਲੇ ਪੀ ਆਰ ਦੇ ਜਿਹੜੇ ਧਾਨ ਨੇ ਉਹਨਾਂ ਨੂੰ ਤਾਂ ਬਹੁਤ ਨੁਕਸਾਨ ਹੋਇਆ 10 ਕੁਇੰਟਲ ਹੱਦ 20-22 ਨਿਕਲੇ ਹੁਣ ਕਿ ਨਹੀਂ ਤਾਂ 10-10 ਕੁਇੰਟਲ ਵੀ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਾਂ ਤਾਂ ਕੁਦਰਤੀ ਮਾਰ ਪੈ ਜਾਂਦੀ ਹੈ ਜਾਂ ਕਦੇ ਖਾਦ ਦੀ ਲੈ ਕੇ ਜਾਂ ਜਿਹੜੀ ਖਾਦ ਦੀ ਗੱਲ ਕਰੀਏ ਜਾਂ ਹੋਰ ਜਿਹੜੀਆਂ ਰੇਹਾਂ ਸਪਰੇਆਂ ਪੈਂਦੀਆਂ ਨੇ ਬਿਜਾਈ ਦੇ ਟਾਈਮ ਜਾਂ ਕਣਕਾਂ ਦੀ ਬਿਜਾਈ ਦੇ ਟਾਈਮ ਜਾਂ ਝੋਨੇ ਦੀ ਬਿਜਾਈ ਦੇ ਟਾਈਮ ਤਾਂ ਉਹਨਾਂ ਦੇ ਵਿੱਚੋਂ ਵੀ ਕਿਸਾਨਾਂ ਨੂੰ ਮਾਰ ਪੈ ਜਾਂਦੀ ਹੈ ਸਰਕਾਰਾਂ ਕੁਝ ਹੋਰ ਕਹਿੰਦੀਆਂ ਨੇ ਪਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਨਾ ਤਾਂ ਸਰਕਾਰਾਂ ਦੇ ਰੇਟ ਕੀਤੇ ਹੋਏ ਤੈਅ ਰੇਟ ਦੇ ਉੱਤੇ ਸਮਾਨ ਮਿਲਦਾ ਬਾਜ਼ਾਰ ਦੇ ਵਿੱਚੋਂ ਨਾ ਖਾਦਾਂ ਮਿਲਦੀਆਂ ਨੇ ਨਾ ਰੇਹਾਂ ਸਪਰੇਆਂ ਮਿਲਦੀਆਂ ਨੇ ਜੇ ਗੱਲ ਕਰੀਏ ਹੁਣ ਕਣਕ ਦੀ ਬਿਜਾਈ ਦੀ ਜਿਹੜੀ ਕਣਕ ਦੀ ਬਿਜਾਈ ਆ ਉਹ ਚੱਲ ਪਈ ਹੈ ਤਾਂ ਗੱਲ ਕਰੀਏ ਤਾਂ DAP ਖਾਦ ਦੀ DAP ਖਾਦ ਦੀ ਵੀ ਜਿਹੜਾ ਸੰਕਟ ਹੈ ਪੰਜਾਬ ਦੇ ਵਿੱਚ ਕਾਫੀ ਸੰਕਟ ਹੈ DAP ਖਾਦ ਦਾ ਸੰਕਟ ਹੈ ਕਿਸਾਨਾਂ ਦੇ ਉੱਤੇ ਮੰਡਰਾ ਰਿਹਾ ਕਾਫੀ ਖਦਸ਼ਾ ਲੱਗ ਰਿਹਾ ਕਿ DAP ਖਾਦ ਦੀ ਜਿਹੜੀ ਕਮੀ ਹੈ ਉਹ ਦੇਖਣ ਨੂੰ ਮਿਲਦੀ ਪਈ ਹੈ ਬਾਜ਼ਾਰਾਂ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਕਿਸਾਨ ਜੁੜੇ ਨੇ ਕਿਸਾਨ ਨੇ ਜਿਹੜੇ ਖੇਤੀ ਵੀ ਕਰਦੇ ਨੇ ਪਿੰਡ ਦੇ ਵਿੱਚ ਉਹਨਾਂ ਨਾਲ ਅੱਜ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਅਸੀਂ ਮੌਜੂਦ ਹਾਂ ਗੱਲਬਾਤ ਕਰ ਲੈਂਦੇ ਹਾਂ ਕਿ ਕਿੰਨਾ ਕੁ ਖਦਸ਼ਾ ਉਹਨਾਂ ਨੂੰ ਲੱਗਦਾ ਹੈ ਕਿ DAP ਖਾਦ ਹੈ ਜਿਹੜੀ ਕਮੀ ਚੱਲ ਰਹੀ ਹੈ ਨਹੀਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਨਿਰਮਲ ਸਿੰਘ ਪਿੰਡ ਅਟਾਰੀ ਹੈ ਜੀ ਮੇਰਾ ਬਾਜੀ ਗੱਲ ਕਰੀਏ ਖੇਤੀਬਾੜੀ ਦੀ ਕਿੰਨੇ ਕੁ ਕਿੱਲਿਆਂ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਤਕਰੀਬਨ 30 ਕਿੱਲਿਆਂ ਦੀ ਖੇਤੀ ਕਰਦੇ ਹਾਂ ਤੇ ਕੁਛ 15 ਕਿੱਲੇ ਠੇਕੇ ਤੇ ਨੇ ਜੀ ਆਪਣੇ ਤੇ ਉਹਦੇ ਕਰਕੇ ਪਹਿਲਾਂ ਤਾਂ ਕਾਫੀ ਜਿਹੜੀ ਆਪਣੀ ਧਾਨ ਸੀਗੇ ਐਤਕੀ ਕਾਫੀ ਘੱਟ ਨਿਕਲੇ ਆ ਜੀ ਕਿਉਂਕਿ ਕੁਦਰਤੀ ਆਫਤ ਸੀਗੀ ਬਿਮਾਰੀ ਸੀਗੀ ਜ਼ਿਆਦੀ ਤੇ ਉਸ ਤੋਂ ਬਾਅਦ ਹੁਣ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਖਾਦ ਬਾਰੇ ਖਾਦ ਦੀ ਵੀ ਕਾਫੀ ਦਿੱਕਤ ਆ ਰਹੀ ਹੈ ਜੀ ਲੋਕਾਂ ਨੂੰ ਬਹੁਤ ਜ਼ਿਆਦੀ ਜੇ ਤੁਸੀਂ ਪ੍ਰਾਈਵੇਟ ਫਰਮ ਤੋਂ ਚੁੱਕ ਰਹੇ ਹੋ ਤਾਂ ਨਾਲ ਤੁਹਾਨੂੰ ਕੋਈ ਨਾ ਕੋਈ ਪੈਸਟੀਸਾਈਡ ਦੇ ਰਹੇ ਨੇ ਜਾਂ ਕੁਛ ਹੋਰ ਸੁਪਰ ਜਾਂ ਕੋਈ ਜੈਂਕ ਦੇ ਰਹੇ ਨੇ ਜੀ ਤੇ ਉਹ ਕਾਫੀ ਦਿੱਕਤ ਆ ਜੀ ਉਹਦੀ ਕਣਕ ਦੀ ਬਿਜਾਈ ਹੈ ਜਿਹੜੀ ਬਾਈ ਜੀ ਸ਼ੁਰੂ ਆਲਮੋਸਟ ਸ਼ੁਰੂ ਹੋ ਚੁੱਕੀ ਹੈ ਕਈਆਂ ਨੇ ਕਰਨੀ ਆ ਜਾਂ ਕਰ ਵੀ ਦਿੱਤੀ ਆ ਕਈਆਂ ਨੇ ਜੇ ਦੇਖੀਏ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸੰਕਟ ਆ ਜਿਹੜਾ DAP ਖਾਦ ਦਾ ਇਸ ਵਕਤ ਆਊਗਾ ਇਸ ਵਾਰ ਵੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਸੰਕਟ ਹੈਗਾ ਵੀਰੇ ਜਿਹੜੀ ਦੇ ਵੱਡੀਆਂ ਫਰਮਾਂ ਨੇ ਉਹਨਾਂ ਨੂੰ ਤਾਂ ਮਿਲ ਰਿਹਾ ਜਿਹੜੇ ਛੋਟੇ ਕਿਸਾਨ ਨੇ 2-4-5 ਕਿੱਲਿਆਂ ਵਾਲੇ ਉਹਨਾਂ ਦਾ ਕਾਫੀ ਦਿੱਕਤ ਆ ਜੀ ਜੇ ਤਾਂ ਪ੍ਰਾਈਵੇਟ ਫਰਮ ਕੋ ਜਾ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਜਾਂ ਤਾਂ ਰੇਟ ਤੋਂ ਵੱਧ ਦੇ ਰਹੇ ਆ 100-200 ਕੁਛ ਕਾਫੀ ਨਾਮੀ ਦੁਕਾਨਾਂ ਨੇ ਵੀਰੇ ਮੱਛਵਾੜੇ ਦੀਆਂ ਆਪਾਂ ਨਾਂ ਨਹੀਂ ਲੈ ਸਕਦੇ ਪਰ ਚਲੋ ਜੇ ਉਹ ਨਹੀਂ ਸੁਧਰਦੇ ਤਾਂ ਆਪਾਂ ਨਾਂ ਵੀ ਲੈ ਲਾਂਗੇ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਉਹਨਾਂ ਦਾ ਤਾਂ ਉਹਨਾਂ ਨੂੰ ਕਾਫੀ ਸੰਕਟ ਹੈਗਾ ਵੀਰੇ ਜੇ ਗੱਲ ਕਰੀਏ ਇੱਕ ਸਰਕਾਰੀ ਰੇਟ ਵੀ ਤੈਅ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਕਿ ਆਹ ਰੇਟ ਮਿਲੂਗੀ ਸਬਸਿਡੀ ਵਗੈਰਾ ਵੀ ਆਉਂਦੀ ਹੈ ਉਸ ਨੂੰ ਕਿੱਦਾਂ ਦੇਖਦੇ ਹੋ ਕਿ ਉਹ ਮਿਲ ਰਹੀ ਹੈ ਜਾਂ ਨਹੀਂ ਉਹ ਰੇਟਾਂ ਨਹੀਂ ਨਹੀਂ ਬਿਲਕੁਲ ਜਿਹੜੀ ਸਬਸਿਡੀ ਆਪਣੀ ਜਿਹੜੀ ਆਪਣੀ ਭਾਰਤ ਸਰਕਾਰ ਦੁਆਰਾ ਉਹ ਤਾਂ ਮਿਲ ਰਹੀ ਹੈ ਜੀ ਠੇਲੇ ਦੇ ਉੱਤੇ ਉੱਦਾਂ 1350 ਫਿਕਸ ਆ ਜੀ ਰੇਟ ਇਹਦਾ DAP ਦਾ ਪਰ ਉਸ ਤੋਂ ਵੱਧ ਵੇਚ ਰਹੇ ਆ ਜੀ ਉਸ ਤੋਂ ਬੇਧੜਕ ਹੋ ਕੇ ਵੇਚ ਰਿਹਾ ਕੋਈ ਡਰ ਨਹੀਂ ਹੈਗਾ ਮਤਲਬ ਕਿ ਕੋਈ ਵੀ ਸਰਕਾਰੀ ਅਧਿਕਾਰੀ ਇਹਨਾਂ ਨੂੰ ਪੁੱਛ ਨਹੀਂ ਰਿਹਾ ਮੈਂ ਤਾਂ MLA ਸਾਹਿਬ ਨੂੰ ਵੀ ਬੇਨਤੀ ਕਰੂੰਗਾ ਸਮਰਾਲੇ ਵਾਲਿਆਂ ਨੂੰ ਕਿ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਕੁਛ ਆਪਣੇ ਬੰਦੇ ਭੇਜ ਕੇ ਕਰੋ ਕਿਉਂਕਿ ਇਹਨਾਂ ਦੇ ਵਰਕਰ ਬਹੁਤ ਤੇਜ਼ ਨੇ ਆਪਾਂ ਅੱਗੇ ਵੀ ਦੇਖੇ ਆ ਕਿ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਇਹਨਾਂ ਨੂੰ ਪਹਿਲਾਂ ਹੀ ਕਰਨਾ ਚਾਹੀਦਾ ਪਰ ਨਹੀਂ ਹਜੇ ਤੱਕ ਮੈਨੂੰ ਲੱਗਦਾ ਨਹੀਂ ਕਿਤੇ ਇਹਨਾਂ ਨੇ ਕੋਈ ਗੇੜਾ ਵੀ ਮਾਰਿਆ ਹੋਊ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਕਿਸਾਨਾਂ ਨੂੰ ਕੋਈ ਨਾ ਕੋਈ ਮਾਰ ਝੱਲਣੀ ਪੈਂਦੀ ਹੈ ਹਮੇਸ਼ਾ ਚਾਹੇ ਗੱਲ ਕਣਕ ਦੇ ਸੀਜ਼ਨ ਦੀ ਹੋਵੇ ਜਾਂ ਝੋਨੇ ਦੇ ਸੀਜ਼ਨ ਦੀ ਕਿ ਇਸ ਵਾਰ ਗੱਲ ਝੋਨੇ ਦੀ ਕਰ ਲਈਏ ਕਿੰਨਾ ਕੁ ਝਾੜ ਨਿਕਲਿਆ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਮੀਂਹ ਝੜ ਕਾਫੀ ਪਏ ਨੇ ਕਿੱਦਾਂ ਰਿਹਾ ਝਾੜ ਤਾਂ ਵੀ ਜਿਹੜੇ PR ਦੇ ਬੀਜ ਸੀਗੇ ਉਹਦਾ ਤਾਂ ਬਹੁਤ ਨੁਕਸਾਨ ਹੋਇਆ ਵੀਰੇ ਕੁਝ ਇਦਾਂ ਦੇ ਕਿਸਾਨ ਆ ਜਿਨ੍ਹਾਂ ਦੇ 50 ਬੋਰੀਆਂ ਹੋਈਆਂ ਵੀਰੇ 4-4 ਕਿੱਲਿਆਂ 'ਚ ਜਿਹੜੇ ਕਈ ਕਿੱਲਿਆਂ ਦੀ ਖੇਤੀ ਕਰਦੇ ਆ ਤੇ ਜਿਹੜੇ ਹਾਈਬ੍ਰਿਡ ਨੇ ਬੀਜ ਉਹਨਾਂ ਨੇ ਬਚਾਇਆ ਪਰ ਉਹ ਸਰਕਾਰ ਪਹਿਲੀ ਮਨਾ ਕਰ ਦਿੰਦੀ ਹੈ ਮੱਛੋੜੇ ਤੁਹਾਨੂੰ ਆਮ ਪੋਸਟਰ ਲੱਗੇ ਦੇਖਣਗੇ ਕਿ ਵੀ ਹਾਈਬ੍ਰਿਡ ਨਹੀਂ ਲਾਉਣਾ PR ਦੇ ਜਿਹੜੇ ਧਾਨ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ 10 ਕੁਇੰਟਲ ਹੱਦ 20-22 ਨਿਕਲੇ ਹੁਣ ਕਿ ਨਹੀਂ ਤੇ 10-10 ਕੁਇੰਟਲ ਵੀ ਰਹੇ ਆ ਪਰ ਆਪਾਂ ਕਿੱਥੋਂ ਖਰਚੇ ਪੂਰੇ ਕਰਾਂਗੇ ਵੀਰੇ ਉਹਦੇ ਨਾਲ ਪਰ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਪਿੰਡ ਤੱਕ ਤਾਂ ਕੋਈ ਆਇਆ ਹੀ ਨਹੀਂ ਹੈਗਾ ਖਰਾਬਾ ਕਰਨ ਵੀ ਨਹੀਂ ਆਇਆ ਕੋਈ ਪਟਵਾਰੀ ਇਹਨਾਂ ਦੀ ਹੜਤਾਲ ਤੇ ਹੁੰਦੇ ਆ ਜਿਹੜੀ ਇਹਨਾਂ ਦੀ ਵੱਡੀਆਂ ਵੱਡੀਆਂ ਗੱਲਾਂ ਸੀਗੀਆਂ ਕੁਛ ਦਿਖਿਆ ਤਾਂ ਹੈ ਨਹੀਂ ਵੀਰੇ ਕੋਈ ਗੇੜਾ ਮਾਰਨ ਵੀ ਨਹੀਂ ਆਇਆ ਤਾਂ ਪਿਛਲੀ ਸਰਕਾਰਾਂ ਨਾਲੋਂ ਵੀ ਬਦਤਰ ਨੇ ਵੀਰੇ ਕੋਈ ਇੱਕ ਵਾਰ ਬੰਦਾ ਗੇੜਾ ਤਾਂ ਮਾਰਦਾ ਦੁੱਖ ਸੁੱਖ ਕੁਛ ਪੁੱਛਦਾ ਤਾਂ ਹੈਗਾ ਠੀਕ ਹੈ ਜੀ ਸੋ ਕਾਫੀ ਪਰੇਸ਼ਾਨੀ ਹੈ ਜੀ ਕਿਸਾਨ ਇਸ ਟਾਈਮ ਸੰਕਟ ਵਿੱਚ ਨੇ
ਭਗਵੰਤ ਮਾਨ ਸਰਕਾਰ ਦੀ ਗੱਲ ਕਰ ਲਈਏ, ਭਗਵੰਤ ਮਾਨ ਸਰਕਾਰ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿਸਾਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ, ਚਾਹੇ ਗੱਲ ਹੁਣ ਹੋਵੇ DAP ਖਾਦ ਦੀ, ਕਿ ਉਹਦੇ ਪਿੱਛੇ ਵੀ ਕੋਈ ਸਾਹਮਣਾ ਕੋਈ ਅਜਿਹੀ ਗੱਲ ਨਹੀਂ ਹੋਊਗੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਆਣ ਦਿੱਤੀ ਜਾਊਗੀ। ਲੱਗਦਾ ਕਿ ਉਹ ਕਮੀ ਸਰਕਾਰ ਇਸ ਵਾਰ ਪੂਰੀ ਕਰ ਪਾਊਗੀ ਜਾਂ ਨਹੀਂ? ਜਿਹੜੀ ਜਿਹੜੀ ਕਿਸਾਨ ਇਹ ਤਾਂ ਰੱਬ ਆਸਰੀ ਹੈ, ਵਾਹਿਗੁਰੂ ਦੇ ਆਸਰੀ ਹੈ, ਉਹ ਤਾਂ ਪਹਿਲਾਂ ਵੀ ਸੀਗੇ ਹੁਣ ਵੀ ਸੀਗੇ, ਠੀਕ ਹੈ ਜੀ। ਆਪਣੇ ਬਿਹਾਫ ਤੇ ਜਾਂ ਆਪਣੀ ਕੋਸ਼ਿਸ਼ ਕਰਕੇ ਕਿਸਾਨ ਉਹ ਵਿਚਾਰੇ ਲੈ ਰਹੇ ਆ DAP, ਕਿਤੇ ਸੁਸਾਇਟੀਆਂ ਵਿੱਚ ਜਿਨ੍ਹਾਂ ਨੇ ਸਿਸਟਮ ਸਹੀ ਹੈ ਉਹ ਆ ਗਿਆ। ਸਾਡੇ ਤਾਂ ਬੁਰਜ ਪਵਾਰ ਦੀ ਸੁਸਾਇਟੀ ਹੈ, ਇੱਥੇ ਤਾਂ ਸੈਕਟਰੀ ਸਾਹਿਬ ਵੀ ਨਹੀਂ ਹੈਗੇ, ਰਿਟਾਇਰ ਹੋ ਗਿਆ, ਮੈਨੂੰ ਉਮੀਦ ਨਹੀਂ ਸਾਲ ਦੋ ਹੋਰ ਨਹੀਂ ਹੁੰਦੇ, ਠੀਕ ਹੈ ਜੀ। ਕਾਫੀ ਦਿੱਕਤ ਆ ਰਹੀ ਹੈ ਜੀ ਲੋਕਾਂ ਨੂੰ, ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ, ਕਿਉਂਕਿ ਬਿਨਾਂ ਲਿਮਿਟ ਭਰਨ ਤੋਂ ਉਹ DAP ਦਾ ਇੱਕ ਥੇਲਾ ਵੀ ਨਹੀਂ ਦੇ ਰਹੇ ਤੇ ਧਾਨ ਪਹਿਲਾਂ ਹੀ ਖਰਾਬ ਹੋ ਗਏ ਆ, 10 ਕੁਇੰਟਲ ਤੋਂ ਉੱਪਰ ਧਾਨ ਨਹੀਂ ਨਿਕਲੀ, ਤਾਂ ਵਿਚਾਰਾ ਲਿਮਿਟ ਕਿਸਾਨ ਕਿੱਦਾਂ ਭਰੂਗਾ ਜੀ, ਠੀਕ ਹੈ ਜੀ। ਸੋ ਕਾਫੀ ਦਿੱਕਤ ਹੈ ਜੀ। ਕੀ ਮੰਗ ਆ ਤੁਹਾਡੀ ਪੰਜਾਬ ਸਰਕਾਰ ਤੋਂ, ਕੀ ਅਪੀਲ ਕਰਦੇ ਹੋ, ਕੀ ਮੰਗ ਕਰਦੇ? ਮੰਗ ਤਾਂ ਇਹੀ ਹੈ ਕਿ ਜੀ ਤੁਸੀਂ ਮਤਲਬ ਕਿ ਸਮੇਂ ਤੋਂ ਪਹਿਲਾਂ ਉਹ ਮੁਸੀਬਤ ਨੂੰ ਸੋਲਵ ਕਰਨਾ ਚਾਹੀਦਾ ਸਰਕਾਰ ਨੂੰ, ਠੀਕ ਹੈ ਜੀ। ਜਿਹੜੇ ਜਿੰਨੀ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਉਸ ਹਿਸਾਬ ਨਾਲ ਸਰਕਾਰ ਨੂੰ ਕੰਮ ਵੀ ਉਮੀਦਾਂ ਦੇ ਖਰੇ ਵੀ ਉਤਰਨਾ ਚਾਹੀਦਾ ਜੀ। ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਜੀ। ਹੁਣ ਚਲੋ DAP ਦਾ ਇੱਕ ਵਾਰੀ ਲੋਕਾਂ ਨੂੰ ਸਾਰਿਆਂ ਨੂੰ ਦਿੱਕਤ ਆ ਗਈ, ਪਰ ਅੱਗੇ ਤੋਂ ਇਹਨਾਂ ਨੂੰ ਥੋੜ੍ਹਾ ਜਿਹਾ ਪਲੈਨਿੰਗ ਉਸ ਹਿਸਾਬ ਨਾਲ ਕਰਨੀ ਚਾਹੀਦੀ ਹੈ। ਸਰਕਾਰ ਕੋਲ ਬਹੁਤ ਸੋਰਸ ਹੁੰਦੇ ਆ ਵੀਰੇ, ਤੁਹਾਡੇ ਵਰਗੇ ਪੱਤਰਕਾਰ ਵੀਰ ਭਰਾ ਨੇ ਜਿਹੜੇ, ਜਾਂ ਇਹਨਾਂ ਦੇ ਵਲੰਟੀਅਰ ਨੇ, ਉਹ ਦੱਸ ਦਿੰਦੇ ਆ। ਸੋ ਪਲੈਨਿੰਗ ਕਰਕੇ ਸਰਕਾਰ ਨੂੰ ਇਹੀ ਮੰਗ ਆ ਕਿ ਵੀ ਤੁਸੀਂ ਜਿਹੜੀ ਇਹਦੀ ਘਾਟ ਆ ਪੂਰੀ ਕਰੋ ਜੀ, DAP ਦੀ ਘਾਟ ਪੂਰੀ ਕਰੋ। ਬਿਲਕੁਲ, ਸਾਡੇ ਨਾਲ ਹੋਰ ਬਾਈ ਜੀ ਹੋਣੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ DAP ਖਾਦ ਨੂੰ ਲੈ ਕੇ। ਬਾਈ ਜੀ ਕੀ ਨਾਮ? ਸਿਮਰਤ ਸਿੰਘ ਜੀ। ਕਿਹੜਾ ਪਿੰਡ ਹੈ ਬਾਈ ਜੀ? ਸ਼ਰਬਤਗੜ੍ਹ ਅਟਾਰੀ। ਬਾਈ ਜੀ ਗੱਲ ਕਰੀਏ DAP ਖਾਦ ਦੀ, ਦੇਖਣ ਨੂੰ ਆ ਰਿਹਾ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਕਿ ਕਾਫੀ ਖਦਸ਼ਾ ਜਤਾਇਆ ਜਾ ਰਿਹਾ ਕਿ ਸੰਕਟ ਹੈ ਜਿਹੜਾ DAP ਖਾਦ ਦਾ, ਕਿਤੇ ਨਾ ਕਿਤੇ ਮੰਡਰਾ ਆ ਰਿਹਾ ਕਿਸਾਨਾਂ ਦੇ ਉੱਤੇ, ਕਿੱਦਾਂ ਲੱਗਦਾ? ਲਾਸਟ ਸਾਲ ਤੋਂ ਤਾਂ ਹਰੇਕ ਕਿਸਾਨੀ 'ਤੇ ਤਾਂ ਉਦਾਂ ਵੀ ਸੰਕਟ, ਮੌਸਮੀ ਸੰਕਟ ਅੱਗੇ ਕਾਫੀ ਵਧ ਰਿਹਾ, ਹੁਣ DAP ਮਿਲ ਨਹੀਂ ਰਿਹਾ। ਜੇ DAP ਮਿਲ ਰਿਹਾ ਤਾਂ ਦੁਕਾਨਾਂ ਵਾਲੇ ਨਾਲ ਕੁਛ ਸੁਪਰ ਜਾਂ ਹੋਰ ਕੋਈ ਜੋੜ ਕੇ ਦੇ ਰਹੇ ਆ, ਉਹ ਸਾਨੂੰ ਮਹਿੰਗਾ ਪੈ ਰਿਹਾ। ਪੈਸਾ ਅੱਗੇ ਕਿਸਾਨੀ ਕੋਲ ਹੈ ਨਹੀਂ, ਫਸਲ ਖਰਾਬ ਹੋ ਗਈ, ਕੋਈ ਗਰਦੌਰੀ ਕਰਨੀ ਆਇਆ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਇੱਥੇ, ਨਾ ਕੋਈ ਪੁੱਛਗਿੱਛ ਹੋ ਰਹੀ ਆ, ਜਿੰਨੀਆਂ ਵੀ ਅਸੀਂ ਜਾ ਕੇ ਆ ਰਹੇ ਹਾਂ ਉਹਨਾਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਸਾਨਾਂ ਦੀ। ਭਾਅ ਜੀ ਭਗਵੰਤ ਮਾਨ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀ ਗੱਲ ਹੋਵੇ ਜਾਂ ਕੋਈ ਵੀ ਗੱਲ ਹੋਵੇ, ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ, ਹਰ ਇੱਕ ਗੱਲ ਚੀਜ਼ ਦਾ ਹੱਲ ਕੱਢਿਆ ਜਾਊਗਾ, ਹਰੇਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਊਗੀ, ਚਾਹੇ ਉਹ DAP ਖਾਦ ਵੀ ਹੋਵੇ। ਉਹਨਾਂ ਵੱਲੋਂ ਇੱਕ ਰੇਟ ਵੀ ਤੈਅ ਕਰ ਦਿੱਤੇ ਗਏ ਨੇ ਕਿ ਇਸ ਰੇਟ ਦੇ ਉੱਤੇ ਹੀ ਕਿਸਾਨਾਂ ਨੂੰ DAP ਖਾਦ ਮਿਲੂਗੀ। ਲੱਗਦਾ ਕਿ ਮਿਲ ਪਾਊਗੀ ਇਸ ਵਾਰੀ ਜਾਂ? ਜੀ ਰੇਟ ਤਾਂ ਚਲੋ ਛੱਡੋ, DAP ਖਾਦ ਨਹੀਂ ਮਿਲ ਰਹੀ, ਇੱਥੇ ਲੋਕ ਹੱਥ 'ਚ ਪੈਸੇ ਲੈ ਕੇ ਫਿਰ ਰਹੇ ਆ, ਪਰ DAP ਖਾਦ ਮੁਹੱਈਆ ਨਹੀਂ ਹੋ ਰਹੀ। ਪ੍ਰਸ਼ਾਸਨ ਨੇ ਤਾਂ ਕਹਿਣਾ ਹੀ ਹੁੰਦਾ, ਮੂੰਹ ਹਿਲਾ ਦੇਣਾ, ਕੰਮ ਕਰਨਾ ਨਹੀਂ, ਉਹ ਅੱਗੇ ਵਾਲਾ ਹੀ ਕੰਮ ਸ਼ੁਰੂ ਹੋ ਗਿਆ ਜੀ। ਇਹ ਤਾਂ ਲੋਕਾਂ ਨੇ ਥੋੜ੍ਹਾ ਜਿਹਾ ਚੁਣਾਵ ਕਰਕੇ ਬਦਲਿਆ ਸੀ ਕਿ ਹੋਰ ਬਦਲ ਕੇ ਕੋਈ ਚਿਹਰਾ ਅੱਗੇ ਆਊਗਾ, ਚਿਹਰਾ ਹੀ ਬਦਲਿਆ, ਕੰਮ ਨਹੀਂ ਬਦਲੇ, ਕੰਮ ਸਗੋਂ ਹੋਰ ਖਰਾਬ ਹੋਏ ਆ, ਨਾ ਕਿ ਕਿਸਾਨੀ ਦੇ ਹਾਲਤ ਵੀ ਖਰਾਬ ਆ। ਦੇਖੋ PAU ਦੀਆਂ ਜਿੰਨੀਆਂ ਵੀ ਫਸਲਾਂ ਇਸ ਵਾਰ, ਜਿੰਨੇ ਵੀ ਬੀਜ ਰਹੇ ਆ ਪੰਜਾਬ ਯੂਨੀਵਰਸਿਟੀ ਦੇ, ਸਾਰੇ ਫੇਲ ਰਹੇ ਆ। ਮੌਕੇ 'ਤੇ ਕੋਈ ਵੀ ਇਹੋ ਜਿਹਾ ਬੀਜ ਨਹੀਂ ਜਿਹੜਾ ਔਸਤ ਤੋਂ ਵੀ ਥੱਲੇ ਨਾ ਰਿਹਾ ਹੋਵੇ, ਕੋਈ ਵੀ ਇੱਕ ਬੀਜ, ਇੱਕ ਵੱਡਾ ਅਧਾਰਾ ਫੇਲ ਹੋਇਆ, ਪੰਜਾਬ ਸਰਕਾਰ ਨੇ ਉਹਦੇ ਲਈ ਵੀ ਕੁਛ ਨਹੀਂ ਕੀਤਾ। ਕੀ ਮੰਗ ਹੈ ਬਾਈ ਜੀ ਹੁਣ ਤੁਹਾਡੀ ਪੰਜਾਬ ਸਰਕਾਰ ਤੋਂ, ਕੀ ਅਪੀਲ ਕਰ? ਪੰਜਾਬ ਸਰਕਾਰ ਤੋਂ ਤਾਂ ਮੰਗ ਇਹੀ ਹੈ ਜੀ, ਪਹਿਲਾਂ ਤਾਂ DAP ਮੁਹੱਈਆ ਕਰਾਉਣ, ਬਾਕੀ ਗਰਦੌਰੀਆਂ ਤਾਂ ਹੋਈਆਂ ਹੀ ਨਹੀਂ, ਕੋਈ ਵੀ ਅਧਿਕਾਰੀ ਆ ਕੇ ਸਾਡੇ ਖੇਤਾਂ 'ਚ ਫਿਰਿਆ ਨਹੀਂ, ਸਾਨੂੰ ਉਹਦਾ ਮੁਆਵਜ਼ਾ ਤਾਂ ਕੀ ਮਿਲਣਾ, ਸਾਡੀਆਂ ਗਰਦੌਰੀਆਂ ਤੱਕ ਨਹੀਂ ਹੋਈਆਂ। ਬਿਲਕੁਲ ਜੀ, ਅਸੀਂ ਇੱਥੇ ਗੱਲਬਾਤ ਕੀਤੀ ਪਿੰਡ ਦੇ ਵਿੱਚ ਕਿਸਾਨਾਂ ਦੇ ਨਾਲ, DAP ਖਾਦ ਨੂੰ ਲੈ ਕੇ ਵੀ ਗੱਲਬਾਤ ਕੀਤੀ, ਉਹਨਾਂ ਨੇ ਹੋਰ ਵੀ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਕਿਸਾਨਾਂ ਵੱਲੋਂ ਦੱਸੀਆਂ ਗਈਆਂ। ਉਹਨਾਂ ਦਾ ਇਹ ਕਹਿਣਾ ਹੈ ਕਿ DAP ਜਿਹੜੀ ਖਾਦ ਹੈ ਉਹ ਸਾਨੂੰ ਨਹੀਂ ਲੱਗਦਾ ਕਿ ਮਿਲ ਪਾਊਗੀ, ਪੰਜਾਬ ਸਰਕਾਰ ਸਹੀ ਤਰ੍ਹਾਂ ਮੁਹੱਈਆ ਕਰਾ ਪਾਊਗੀ ਕਿਸਾਨਾਂ ਨੂੰ, ਜਿਸ ਦੀ ਕਮੀ ਹੈ, ਬੜੀ ਜ਼ਿਆਦਾ ਕਮੀ ਚੱਲ ਰਹੀ ਹੈ, ਛੋਟੇ ਚੱਲ ਰਹੀ ਹੈ। ਜੇ ਪ੍ਰਾਈਵੇਟ ਬਾਜ਼ਾਰੋਂ ਦੁਕਾਨਾਂ 'ਤੇ ਲੈਣ ਜਾਂਦੇ ਹਾਂ ਤਾਂ ਉਹ ਹੋਰ ਸਕੀਮਾਂ ਦਿੰਦੇ ਨੇ ਕਿ ਪਹਿਲਾਂ ਇਹ ਨਾਲ ਆਹ ਚੀਜ਼ ਲਓ ਤਾਂ ਤੁਹਾਨੂੰ DAP ਦੀ ਖਾਦ ਦਾ ਜਿਹੜਾ ਥੈਲਾ ਜਾਂ ਕੱਟਾ ਦਿੱਤਾ ਜਾਊਗਾ। ਅਤੇ ਗੱਲ ਕਰੀਏ ਗਿਰਦਾਵਰੀ ਦੀ, ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਪਹਿਲਾਂ ਗਿਰਦਾਵਰੀ ਕਰਾਉਣ ਲਈ ਕਿਹਾ ਗਿਆ ਸੀ ਪੰਜਾਬ ਸਰਕਾਰ ਵੱਲੋਂ, ਸਾਡੇ ਖੇਤਾਂ ਦੇ ਵਿੱਚ ਤਾਂ ਕੋਈ ਨੁਮਾਇੰਦਾ, ਸਰਕਾਰੀ ਨੁਮਾਇੰਦਾ ਗੇੜਾ ਮਾਰਨ ਤੱਕ ਵੀ ਨਹੀਂ ਆਇਆ। ਅਤੇ ਸਾਨੂੰ ਨਹੀਂ ਲੱਗਦਾ ਕਿ ਇਹ ਪੰਜਾਬ ਸਰਕਾਰ ਵੀ ਸਾਡੀਆਂ ਉਮੀਦਾਂ ਦੇ ਉੱਤੇ ਖਰਾ ਉਤਰ ਪਾਊਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ DAP ਖਾਦ ਦੀ ਕਮੀ ਹੈ ਉਸਨੂੰ ਪੰਜਾਬ ਸਰਕਾਰ ਪੂਰਾ ਕਰ ਪਾਊਗੀ ਜਾਂ ਨਹੀਂ ਕਰ ਪਾਊਗੀ। ਵਧੇਰੇ ਅਪਡੇਟ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ, ਕੈਮਰਾਮੈਨ ਪਰਮਿੰਦਰ ਵਰਮਾ ਦੇ ਨਾਲ ਦੀਪਕ ਚਾਨਣਾ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।